ਹਾਰਦਿਕ ਸਵਾਗਤ ਹੈ ਤਾਂ ਆਪਾਂ ਅਕਾਦਮਿਕ ਖੇਤਰ ਨਾਲ ਸੰਬੰਧਿਤ ਨਵੀਆਂ ਅਪਡੇਟ ਤੁਹਾਡੇ ਨਾਲ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਂਝੀਆਂ ਕਰਦੇ ਰਹਿੰਦੇ ਹਾਂ ਨਾਲ ਹੀ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜਿਹੜੀਆਂ ਵੀਡੀਓ ਅਪਲੋਡ ਕਰਦੇ ਆ ਕਿਸੇ ਵੀ ਤਰ੍ਹਾਂ ਦਾ ਪੇਪਰ ਹੋਵੇ ਜਿਸ ਦੇ ਵਿੱਚ ਪੰਜਾਬੀ ਬਾਰੇ ਸਵਾਲ ਪੁੱਛੇ ਜਾਂਦੇ ਨੇ ਤਾਂ ਅੱਜ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਾਫੀ ਲੰਬੇ ਸਮੇਂ ਤੋਂ ਲੜਕੀਆਂ ਹੋਈਆਂ ਜਿਹੜੀਆਂ ਈਟੀਟੀ ਦੀਆਂ ਪੋਸਟਾਂ ਸੀ ਉਹਨਾਂ ਦੇ ਬਾਰੇ ਅੱਜ ਜਿਹੜਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਇਹਦੇ ਬਾਰੇ ਤੁਹਾਨੂੰ ਦੱਸਣਾ ਸੀ ਕਿ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਨਾਲ ਕਿਹੜੇ ਨਵੇਂ ਰੂਲ ਨੇ ਤੇ ਕਿੰਨੀਆਂ ਪੋਸਟਾਂ ਨੇ ਇਹ ਸਾਰਾ ਕੁਝ ਤੁਹਾਨੂੰ ਜਿਹੜਾ ਇਹ ਪੱਤਰ ਜਾਰੀ ਹੋਇਆ ਇਸ ਦੇ ਜ਼ਰੀਏ ਦੱਸਦਾ ਹਾਂ ਤਾਂ ਇਹ ਤੁਸੀਂ ਜਿਹੜਾ ਹੈ ਇਹਦੇ ਅਕੋਰਡਿੰਗ ਅਪਲਾਈ ਕਰ ਸਕਦੇ ਹੋ ਹਾਂਜੀ ਇਹ ਜਿਹੜਾ ਪੱਤਰ ਹੈਗਾ ਇਹ ਜਾਰੀ ਕੀਤਾ ਗਿਆ ਤਾਂ ਇਸ ਦੇ ਵਿੱਚ ਮੇਨ ਗੱਲ ਜਿਹੜੀ ਤੁਹਾਨੂੰ ਦੱਸਣ ਵਾਲੀ ਹੈ ਉਹ ਇਕਤਾਈ ਪੋਸਟਾਂ ਬਾਰੇ ਤਾਂ ਤੁਹਾਨੂੰ ਜਿਹੜਾ ਇਹ ਪੱਤਰ ਮਿਲ ਹੀ ਗਿਆ ਹੋਗਾ ਜੇ ਨਹੀਂ ਦੇਖਿਆ ਤਾਂ ਤੁਸੀਂ ਵੈਬਸਾਈਟ ਤੋਂ ਡਾਊਨਲੋਡ ਵੀ ਕਰ ਸਕਦੇ ਆ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ ਦੀ ਤੋਂ ਤਾਂ ਇਹ ਜਿਹੜੀਆਂ ਅਸਾਮੀਆਂ 9494 ਅਸਾਮੀਆਂ ਨੇ ਤਾਂ ਇਹਨਾਂ ਦੀ ਵੰਡ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੀ ਰਿਜ਼ਰਵੇਸ਼ਨ ਇਹਦੀ ਕੀਤੀ ਗਈ ਹੈਗੀ ਆ ਠੀਕ ਹੈ ਟੋਟਲ ਜਿਵੇਂ ਮੰਨ ਲਓ 1170 ਪੋਸਟਾਂ ਆਉਂਦੀਆਂ ਜਰਨਲ ਦੇ ਹਿੱਸੇ ਤੇ ਜਰਨਲ ਵਿੱਚੋਂ 3330 ਪੋਸਟਾਂ ਜਿਹੜੀਆਂ ਉਹ ਨਿਕਲ ਜਾਂਦੀਆਂ ਔਮੈਨ ਕੋਟੇ ਚ ਹਾਂਜੀ ਤਾਂ ਮਿਹਨਤ ਕਰਨ ਵਾਲਿਆਂ ਦੇ ਜ਼ਰੂਰ ਜਿਹੜੇ ਆ ਇਹਨਾਂ ਪੋਸਟਾਂ ਦੇ ਵਿੱਚ ਉਹਨਾਂ ਦਾ ਨੰਬਰ ਆਏਗਾ ਤਾਂ ਇਹਦੇ ਵਿੱਚ ਵਿਦਿਅਕ ਯੋਗਤਾ ਜਿਹੜੀ ਹੈ ਇਸ ਵਾਰ ਇਹਨਾਂ ਨੇ ਜਿਹੜਾ ਦੱਸਿਆ ਹੈ ਕਿ ਜਿਹੜੀ ਗ੍ਰੈਜੂਏਸ਼ਨ ਹੈ ਉਹਦੇ ਚੋਂ 50% ਨੰਬਰ ਬੀਏ ਦੇ ਵਿੱਚ ਤੁਹਾਡੇ ਜਿਹੜੇ ਆ ਹੋਣੇ ਚਾਹੀਦੇ ਆ ਤੇ ਜਿਹੜੀ ਕੈਟਾਗਰੀ ਆ ਉਹਨਾਂ ਦੇ 45% ਨੰਬਰ ਹੋਣੇ ਚਾਹੀਦੇ ਆ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਇਸ ਵਾਰ ਇਹਨਾਂ ਨੇ ਬੀਏ ਦੇ ਆਧਾਰ ਤੇ ਜਿਹੜੀ ਹੈ ਇਹ ਪੋਸਟਾਂ ਜਰੂਰੀ ਹੋਣੀਆਂ ਚਾਹੀਦੀਆਂ ਜਿਹੜੀਆਂ ਯੋਗਤਾਵਾਂ ਮਤਲਬ ਇਹਨੂੰ ਬੀਏ ਨੂੰ ਵਿੱਚ ਸ਼ਾਮਲ ਕੀਤਾ ਗਿਆ ਹੈ ਪਲੱਸ 2 ਦੇ ਆਧਾਰ ਤੇ ਤੁਸੀਂ ਨਹੀਂ ਕਰ ਸਕਦੇ ਹਾਂਜੀ ਅੱਗੇ ਇਹਨਾਂ ਨੇ ਜਿਹੜਾ ਦੂਜੇ ਦੂਜੀ ਮੰਗ ਜਿਹੜੀ ਰੱਖੀ ਹੈ ਇਹਦੀ ਜਰੂਰੀ ਉਹ ਜਿਹੜੀ ਈਟੀਟੀ ਦਾ ਤੁਸੀਂ ਜਿਹੜਾ 2 ਸਾਲਾਂ ਦਾ ਡਿਪਲੋਮਾ ਜਿਹੜਾ ਕੀਤਾ ਉਹ ਹੋਣਾ ਜ਼ਰੂਰੀ ਹੈ ਤੇ ਤੀਜੀ ਇਸ ਦੀ ਜਿਹੜੀ ਮੰਗ ਆ ਕਿ ਪੀ ਐਸ ਟੈਟ ਜਿਹੜਾ ਪਹਿਲਾ ਉਹ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਇਹ ਸਾਰੇ ਜਿਹੜੇ ਆ ਤਿੰਨੇ ਮੁੱਖ ਜਿਹੜੀਆਂ ਮਤਲਬ ਕਹਿਣ ਦਾ ਭਾਵ ਕਿ ਪਲੱਸ 2 ਦੇ ਨਾਲ-ਨਾਲ ਤੁਹਾਨੂੰ ਜਿਹੜਾ ਹੈ ਇਹ ਬੀ ਐ ਵੀ ਕੀਤੀ ਹੋਣੀ ਗ੍ਰੈਜੂਏਸ਼ਨ ਜ਼ਰੂਰੀ ਹੈ ਹਾਂਜੀ ਅੱਗੇ ਇਹਨਾਂ ਨੇ ਕਿਹਾ ਕਿ ਸ਼ੁੱਡ ਹੈਵ ਪਾਸਡ ਪਲੱਸ 2 ਮਿਨੀਮਮ 50% ਨੰਬਰਾਂ ਦੇ ਨਾਲ ਇਹਨੇ ਜਿਹੜੀ ਪਲੱਸ 2 ਦੇ ਵਿੱਚ ਵੀ ਹੋਣੀ ਚਾਹੀਦੀ ਹੈ ਤਾਂ ਇਹ ਵੀ ਜਿਹੜੀ ਇਹਦੇ ਵਿੱਚ ਗੱਲ ਕਹੀ ਗਈ ਹੈ ਤਾਂ ਇਹਨਾਂ ਨੇ ਕਿਹਾ ਕਿ ਪ੍ਰੋਵਾਈਡਡ 댓 ਦਾ ਕੈਂਡੀਡੇਟ ਊ ਡਸ ਨੋ ਊ ਡਨ ਹੈ ਦਾ 2 ਇਅਰ ਐਲੀਮੈਂਟਰੀ ਡਿਪਲੋਮਾ ਤਾਂ ਜਿਹੜਾ ਉਹ ਕੀਤਾ ਇਹ ਤਾਂ ਨਾਰਮਲ ਗੱਲ ਆ ਕਿ ਇਹਦੇ ਤੋਂ ਪਹਿਲਾਂ ਜਿਹੜੀ ਆ ਉਹ ਕੀਤੀ ਜਿਹੜੀ 50% ਦੀ ਐਲੀਜੀਬਿਲਟੀ ਪਹਿਲਾਂ ਹੀ ਰੱਖੀ ਜਾਂਦੀ ਹੈ ਜਦੋਂ ਇਸ ਡਿਪਲੋਮੇ ਨੂੰ ਕਰਨਾ ਹੁੰਦਾ ਹੈ ਹਾਂਜੀ ਤਾਂ ਇਹਦੇ ਵਿੱਚ ਜਿਹੜਾ ਹੈ ਚੋਂ ਦਾ ਢੰਗ ਉਹੀ ਪਹਿਲਾਂ ਹੀ ਤਰ੍ਹਾਂ ਜਿਹੜਾ ਪੇਪਰ ਲਿਆ ਜਾਏਗਾ 200 ਅੰਕਾਂ ਦਾ ਠੀਕ ਹੈ ਉਹਦੇ ਅਕੋਰਡਿੰਗ ਬਣਾਈ ਜਾਏਗੀ ਪੇ ਸਕਿਲ 29 200 ਵਾਲਾ ਜਿਹੜਾ ਹੈ ਬਿਨਾ ਕਿਸੇ ਪੱਤੇ ਤੋਂ ਇਹਨਾਂ ਨੇ ਦੱਸਿਆ ਤੇ 18 ਤੋਂ 37 37 ਸਾਲ ਜਿਹੜੀ ਇਸ ਦੀ ਉਮਰ ਇਸ ਦੇ ਵਿੱਚ ਦਿੱਤੀ ਗਈ ਹੈਗੀ ਆ ਠੀਕ ਹੈ ਜੀ ਇਹਦੇ ਵਿੱਚ ਇੱਕ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਸਿੱਖਿਆ ਪ੍ਰੋਵਾਈਡਰ ਜਾਂ এডਿਊਕੇਸ਼ਨ ਵੌਲੰਟੀਅਰ ਦੇ ਤੌਰ ਤੇ ਕੰਮ ਕੀਤਾ ਤੇ ਉਹਨਾਂ ਨੇ ਵੱਲੋਂ ਜਿੰਨੇ ਸਾਲ ਮਹੀਨੇ ਕੰਮ ਕੀਤਾ ਗਿਆ ਦੇ ਬਰਾਬਰ ਛੋਟ ਦਿੱਤੀ ਜਾਵੇਗੀ ਜਿੰਨੀ ਮਤਲਬ ਉਹਨਾਂ ਨੇ ਉੱਥੇ ਜਿੰਨਾ ਚਿਰ ਵਲੰਟੀਅਰ ਤੌਰ ਤੇ ਕੰਮ ਕੀਤਾ ਉੰਨੀ ਉਹਨਾਂ ਨੂੰ ਉਮਰ ਦੇ ਵਿੱਚ ਛੋਟ ਦਿੱਤੀ ਜਾਵੇਗੀ ਹਾਂਜੀ ਤਾਂ ਇਸ ਤਰ੍ਹਾਂ ਤੁਸੀਂ ਜਿਹੜਾ ਹੈ ਇਹਨੂੰ ਅਪਲਾਈ ਕਰ ਸਕਦੇ ਹੋ ਤਾਂ ਕੁਝ ਹੋਰ ਜਿਹੜੀਆਂ ਸ਼ਰਤਾਂ ਨੇ ਇਹ ਤੁਸੀਂ ਡਿਟੇਲ ਦੇ ਵਿੱਚ ਪੜਨ ਦੇ ਲਈ ਇਹਨੂੰ ਡਾਊਨਲੋਡ ਕਰ ਲੈਣਾ ਜਿਹੜੀਆਂ ਮੇਨ ਸੀਗੀਆਂ ਉਹ ਮੈਂ ਤੁਹਾਨੂੰ ਇਹਦੀਆਂ ਜਿਹੜੀਆਂ ਦੱਸ ਦਿੱਤੀਆਂ ਹੈਗੀਆਂ ਤਾਂ ਤੁਸੀਂ ਜਿਹੜਾ ਇਹ ਅਪਲਾਈ ਕਰਨ ਦਾ ਤਰੀਕਾ ਜਿਹੜਾ ਆਨਲਾਈਨ ਤੁਸੀਂ ਇਹਨੂੰ ਫਾਰਮ ਨੂੰ ਭਰ ਸਕਦੇ ਹੋ ਤਾਂ ਜਲਦੀ ਤਾਂ ਤੁਹਾਡੇ ਨਾਲ ਜਿਹੜੀਆਂ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਆਪਾਂ ਇਹਦੇ ਲਈ ਵੀ ਵੀਡੀਓ ਜ਼ਰੂਰ ਬਣਾਵਾਂਗੇ ਪਿਛਲੀ ਵਾਰ ਵਾਲੀਆਂ ਵੀਡੀਓ ਜ਼ਰੂਰ ਸੁਣਨੀ ਆ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਆਪਾਂ ਜਿਹੜੇ ਸਿਲੇਬਸ ਦੇ ਵਿੱਚ ਸ਼ਾਮਲ ਰਚਨਾਵਾਂ ਦੱਸਿਆ ਸੀ ਉਹਨਾਂ ਦੇ